ਸਬਸਕ੍ਰਾਈਬ ਕਰੋ ਖਦਰਾ ਐਲਐਸਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਸਟੇਟ ਨੇ ਕਣਕ ਦੇ ਭਾਅ 'ਚ ਹੁਣੇ ਐਲਾਨ ਕਰ ਦਿੱਤਾ ਹੈ ਕਿ ਉਹ 160 ਰੁਪਏ ਬੋਨਸ ਦੇਵੇਗੀ ਪ੍ਰਤੀ ਇੱਕ ਬੱਟਲ ਮੰਗਰ ਕਿਸਾਨਾਂ ਨੂੰ ਮੰਨ ਲਓ ਜੇ ਭਾਅ ਹੈਗਾ ਸੈਂਟਰ ਵੱਲੋਂ ਨਿਯਤ ਕੀਤਾ ਗਿਆ ਜਿਹੜਾ 1840 ਉਹਦੇ ਵਿੱਚੋਂ 160 ਰੁਪਏ ਉਹ ਸਟੇਟ ਦੇਵੇਗੀ ਜਿਵੇਂ ਕਿ ਦਿੱਲੀ 'ਚ ਪਹਿਲੇ ਭਾਅ ਜਿਹੜਾ ਬਹੁਤ ਵਾਅਦਾ ਕੀਤਾ ਜਾ ਚੁੱਕਾ 2616 ਰੁਪਏ ਜਿਹੜੀ ਦਿੱਲੀ 'ਚ ਵਿਕੇਗੀ ਤਾਂ ਮੱਧ ਪ੍ਰਦੇਸ਼ ਸਰਕਾਰ ਨੇ ਫੈਸਲਾ ਕੀਤਾ ਹੈ ਕਣਕ ਦੇ ਭਾਅ 160 ਰੁਪਏ ਦਾ ਬੋਨਸ ਦਾ ਐਲਾਨ ਹੋਣੇ ਉਹਨਾਂ ਨੇ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ 160 ਰੁਪਏ ਅਸੀਂ ਦੇਵਾਂ ਇੱਕ ਕੁਆਟਰਲ ਮੰਗਰ ਤੇ 1840 ਜਿਹੜਾ ਸੈਂਟਰ ਸਰਕਾਰ ਦਾ ਭਾਅ ਬੰਨਿਆ ਉਹ ਦੇਣਗੇ ਜਿਵੇਂ ਦਿੱਲੀ 'ਚ ਪਹਿਲਾਂ ਹੀ ਕਣਕ ਦਾ ਭਾਅ 2616 ਹੋ ਚੁੱਕਿਆ ਤਾਂ ਉਸ ਦਿੱਲੀ ਤੋਂ ਬਾਅਦ ਇਹ ਪਹਿਲਾ ਰਾਜ ਹੈ ਜਿਨ੍ਹਾਂ ਨੇ ਬੋਨਸ ਦਾ ਐਲਾਨ ਕੀਤਾ ਹੈਗਾ ਕਿ 660 ਰੁਪਏ ਪ੍ਰਤੀ ਕੁਆਟਰ ਕਿਸਾਨਾਂ ਨੂੰ ਬੋਨਸ ਅਸੀਂ ਦੇਵਾਂਗੇ ਮੰਨ ਲਓ 2000 ਰੁਪਏ ਬਿਕੂਗੀ ਹੁਣ ਮੱਧ ਪ੍ਰਦੇਸ਼ ਦੇ ਜਿਹੜੀ ਕਿਸਾਨਾਂ ਦੀ ਕਣਕ ਹੈਗੀ ਪਰ ਪੰਜਾਬ ਸਰਕਾਰ ਹਜੇ ਇਸ ਮੁੱਦੇ ਤੇ ਚੁੱਪ ਹੈਗੀ ਕੋਈ ਬੋਨਸ ਦਾ ਐਲਾਨ ਨਹੀਂ ਕੀਤਾ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਿਆ ਸ਼ਾਇਦ ਨਾ ਕਰਨ ਕਿਉਂਕਿ ਲੱਗ ਨਹੀਂ ਰਿਹਾ ਹੋਰ ਸਾਰੀਆਂ ਸਟੇਟਾਂ ਕਰੀ ਜਾਂਦੀਆਂ ਨੇ ਮੱਧ ਪ੍ਰਦੇਸ਼ ਚ ਸਰਕਾਰ ਹੈ ਜਿਹੜੀ ਵੈਸੇ ਹਰ ਸਾਲ ਹੀ ਹਰ ਫਸਲ ਤੇ ਬੋਨਸ ਦਿੰਦੀ ਆਪਣੇ ਪੱਲਿਓ ਪਰ ਪੰਜਾਬ ਸਰਕਾਰ ਅਜੇ ਹ ਪਤਾ ਨਹੀਂ ਕਰੂਗੀ ਕਿ ਨਹੀਂ ਜਿਵੇਂ ਕਿ ਦਿੱਲੀ ਚ ਹੋ ਗਈ ਕਣਕ ਇੰਨੀ ਹੁਣ 2000 ਰੁਪਏ ਮੱਧ ਪ੍ਰਦੇਸ਼ ਚ ਤਾਂ ਜ਼ਰੂਰੀ ਹੈ ਪੰਜਾਬ ਚ ਵੀ ਕੁਛ ਨਾ ਕੁਛ ਬੋਨਸ ਦਿੱਤਾ ਜਾਵੇ ਘੱਟੋ ਘੱਟ 160 ਰੁਪਏ ਵੀ ਦੇਣ ਜੇ 2000 ਰੁਪਏ ਨੂੰ ਕਿਸਾਨਾਂ ਦੀ ਕਣਕ ਜਿਹੜੀ बिकੂਗੀ ਪਰ ਦੇਖੋ ਹਾਲੇ ਤੱਕ ਕੋਈ ਇਹਦੇ ਬਾਰੇ ਬਿਆਨ ਨਹੀਂ ਦਿੱਤਾ ਗਿਆ ਨਾ ਹੀ ਕੋਈ ਆਇਆਗਾ ਜਿਵੇਂ ਕਿ ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਤਾਂ ਪਹਿਲੇ ਐਲਾਨ ਕਰ ਦਿੱਤਾ ਗਿਆ ਵੀ 160 ਰੁਪਏ ਸੀ ਦੇਵਾਂਗੇ ਤੇ 2000 ਰੁਪਏ ਉੱਥੇ ਕਣਕ ਦਾ ਭਾਅ ਜਿਹੜਾ ਬਣ ਗਿਆ ਆਪਣੇ ਹਜੇ 1840 ਹੈ ਪੰਜਾਬ ਸਰਕਾਰ ਇਸ ਬਾਰੇ ਕੁਛ ਨਹੀਂ ਕਹਿ ਰਹੀ ਦੇਖੋ ਵਧਾਉਣਗੇ ਜਾਂ ਨਹੀਂ ਜੇ ਵਧਾਉਣ ਤਾਂ ਬਹੁਤ ਵਧੀਆ ਗੱਲ ਹੈ ਦਿੱਲੀ ਤਾਂ ਬਿਲਕੁਲ ਸਿਰੇ ਹੀ ਲੱਗ ਗਿਆ ਉਹਨਾਂ ਨੇ ਤਾਂ 2616 ਕਰਤਾ ਮਨ ਲਓ ਉਦੋਂ ਉਤੇ ਤਾਂ ਕੁਛ ਹੈ ਹੀ ਨਹੀਂ ਸਾਰਿਆਂ ਨੂੰ ਖੁਸ਼ ਕਰਤਾ ਉਹਨਾਂ ਨੇ ਤਾਂ ਤੇ ਦੇਖੋ ਪੰਜਾਬ ਸਰਕਾਰ ਅਜੇ ਹੁਣ ਕੁਛ ਕਰਦੀ ਹੈ ਜਾਂ ਨਹੀਂ ਮੱਧ ਪ੍ਰਦੇਸ਼ ਸਰਕਾਰ ਨੇ 160 ਰੁਪਏ ਬੋਨਸ ਦਾ ਐਲਾਨ ਕੀਤਾ ਵੀਡੀਓ ਜੰਗੀ ਲੱਗੀ ਨੂੰ ਲਾਈਕ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੋਰ ਵੀ ਇਹੋ ਜਿਹੀਆਂ ਵਧੀਆ ਵੀਡੀਓਜ਼ ਲਈ ਧੰਨਵਾਦ